ਗੌਰੀ ਲੰਕੇਸ਼ ਦੀ ਹੱਤਿਆ ਹੋਏ 1 ਮਹੀਨਾ ਹੋ ਗਿਆ ਪਰ ਅਜੇ ਤੱਕ ਉਹਨਾਂ ਦੇ ਕਾਤਲਾਂ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨੂੰ ਲੈ ਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ CPI ਕਾਰਜਕਰਤਾਵਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ। ਅਰੁਣ ਮਿੱਤਰਾ ਦੀ ਅਗਵਾਈ ਹੇਠਾਂ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਾਰਜਕਰਤਾਵਾਂ ਨੇ ਹਿੱਸਾ ਲਿਆ ਅਤੇ ਆਪਣੇ ਹੱਥ ਵਿੱਚ ਬੈਨਰ ਲੈ ਕੇ ਗੌਰੀ ਲੰਕੇਸ਼ ਦੇ ਹੱਤਿਆਰਿਆਂ ਨੂੰ ਛੇਤੀ ਤੋਂ ਛੇਤੀ ਫੜਨ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਸਰਕਾਰ RRS ਦੇ ਹੱਥਾਂ ਦੀ ਕਠਪੁਤਲੀ ਹੈ, ਜੋ ਪੱਤਰਕਾਰ ਇਹਨਾਂ ਦੇ ਖਿਲਾਫ ਲਿਖਦੇ ਹਨ ਉਹਨਾਂ ਦੀ ਹੱਤਿਆ ਕਰਵਾ ਦਿੱਤੀ ਜਾਂਦੀ ਹੈ। ਗੌਰੀ ਲੰਕੇਸ਼ ਜੋ ਕਿ ਉੱਘੇ ਪੱਤਰਕਾਰ ਸਨ, 1 ਮਹੀਨਾ ਹੋ ਗਿਆ, 5 ਸਤੰਬਰ ਨੂੰ ਉਹਨਾਂ ਦੀ ਹੱਤਿਆ ਕੀਤੀ ਗਈ ਉਹਨਾਂ ਦੇ ਘਰ ਵਿੱਚ ਜਾ ਕੇ। 1 ਮਹੀਨੇ ਬਾਅਦ ਵੀ ਉਹਨਾਂ ਦੇ ਕਾਤਲ ਨਹੀਂ ਫੜੇ ਗਏ, ਇਹ ਬਹੁਤ ਹੀ ਦੁੱਖ ਦੀ ਗੱਲ ਹੈ। ਅਸੀਂ ਅੱਜ ਦੇ ਇਸ ਮੁਜ਼ਾਹਰੇ ਰਾਹੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੇ ਕਾਤਲਾਂ ਨੂੰ ਫੜ ਕੇ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਿਛਲੇ 3 ਸਾਲਾਂ ਤੋਂ ਜੋ ਇੱਕ ਮਾਹੌਲ ਬਣਾਇਆ ਜਾ ਰਿਹਾ ਕਿ ਜੋ ਕੋਈ ਵਿਅਕਤੀ ਤੁਹਾਡੀ ਗੱਲ ਦਾ ਵਿਰੋਧ ਕਰੇ ਉਸ ਨੂੰ ਦੇਸ਼ ਦਰੋਹੀ ਕਹਿ ਕੇ ਉਸਦਾ ਕਤਲ ਕਰ ਦਿਓ। ਇਸ ਦੀਆਂ ਕਈ ਮਿਸਾਲਾਂ ਸਾਡੇ ਸਾਹਮਣੇ ਹਨ। ਬੁੱਧੀਜੀਵੀ, ਮੰਨ ਲਓ ਸਭ ਤੋਂ ਪਹਿਲੇ ਕੁਲਬੁਰਗੀ ਦਾ ਕਤਲ ਹੋਇਆ, ਫਿਰ ਪੰਸਰੇ ਦਾ ਕਤਲ ਹੋਇਆ, ਉਹਨਾਂ ਤੋਂ ਪਹਿਲੇ ਦਬੋਲਕਰ ਦਾ ਕਤਲ ਹੋਇਆ, ਹੁਣ ਇਹ ਗੌਰੀ ਲੰਕੇਸ਼ ਦਾ ਕਤਲ ਹੋਇਆ। ਇਹਦਾ ਮਤਲਬ ਕੋਈ ਵੀ ਪੱਤਰਕਾਰ ਜੇ ਤੁਹਾਡੀ ਸੋਚ ਦੇ ਖਿਲਾਫ ਲਿਖਦਾ ਹੈ ਜਾਂ ਤੁਹਾਡੇ ਹੱਕ 'ਚ ਨਹੀਂ ਲਿਖਦਾ, ਉਸਦਾ ਕਤਲ ਕਰ ਦਿਓ। ਇਸ ਕਿਸਮ ਦੀ ਸੋਚ ਜੋ ਹੈ ਬੜੀ ਗਲਤ ਸੋਚ ਹੈ। ਅਸਲ ਦੇ ਵਿੱਚ ਸਾਨੂੰ ਕੋਈ ਹੈਰਾਨੀ ਨਹੀਂ, ਕਿਉਂਕਿ ਇਹਨਾਂ ਲੋਕਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਕਦੇ ਕੋਈ ਭੂਮਿਕਾ ਨਹੀਂ ਨਿਭਾਈ। RSS ਜਿਹੜੀ ਹੈ ਉਹ ਅੰਗਰੇਜ਼ਾਂ ਦੀ ਟੋਡੀ ਰਹੀ, ਇਹਨਾਂ ਨੇ ਤਿਰੰਗੇ ਸਾੜੇ, ਇਹਨਾਂ ਨੇ ਇਹ ਗੱਲ ਕਹੀ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਗੋਲਵਲਕਰ ਨੇ ਕਿ ਭਾਰਤ ਦੇ ਨੌਜਵਾਨੋ ਆਪਣੀ ਸ਼ਕਤੀ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨ 'ਚ ਵਿਅਰਥ ਨਾ ਗਵਾਓ, ਇਸ ਨੂੰ ਮੁਸਲਮਾਨਾਂ, ਇਸਾਈਆਂ ਅਤੇ ਕਮਿਊਨਿਸਟਾਂ ਦੇ ਖਿਲਾਫ ਲੜਨ ਦੇ ਲਈ ਬਚਾ ਕੇ ਰੱਖੋ। ਇਸ ਗੱਲ ਦੇ ਦਸਤਾਵੇਜ਼ ਮੌਜੂਦ ਹਨ। ਆ ਜੋ ਲੋਕ ਸੱਤਾ ਵਿੱਚ ਹਨ ਉਹ ਆਪਣੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੇ ਹਨ, ਇਹ ਲੋਕਤੰਤਰ ਨੂੰ ਸਮਾਪਤ ਕਰਨਾ ਚਾਹੁੰਦੇ ਹਨ, ਸਾਡੇ ਸੰਵਿਧਾਨ ਦੀਆਂ ਧੱਜੀਆਂ ਉਡਾਉਣਾ ਚਾਹੁੰਦੇ ਹਨ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.